ਕਹਿੰਦੇ ਕਿ ਹਿੰਮਤੇ ਮਰਦਾਂ ਮਦਦੇ ਖੁਦਾ, ਯਾਨੀ ਕਿ ਇਨਸਾਨ ਜਦੋਂ ਮਿਹਨਤ ਕਰਦਾ ਹੈ ਤਾਂ ਪਰਮਾਤਮਾ ਵੀ ਉਦੋਂ ਹੀ ਉਸਦੀ ਬਾਂਹ ਫੜਦਾ ਹੈ। ਤਾਂ ਇੱਕ ਸਟਰਗਲ ਦੀ ਤੁਹਾਨੂੰ ਕਹਾਣੀ ਸੁਣਾਉਣ ਜਾ ਰਹੇ ਹਾਂ, ਇੱਕ ਤੁਹਾਨੂੰ ਸਟੋਰੀ ਦਿਖਾਉਣ ਜਾ ਰਿਹਾ ਜਿਸ ਨੂੰ ਸੋਚ ਕੇ ਤੁਸੀਂ ਵੀ ਹੈਰਾਨ ਹੋਵੋਗੇ ਜੇਕਰ ਤੁਸੀਂ ਵੀ ਹੌਸਲਾ ਛੱਡੀ ਬੈਠੇ ਹੋ ਕਿ ਜ਼ਿੰਦਗੀ ਵਿੱਚ ਕੀ ਕਰਨਾ ਹੈ ਅਤੇ ਕੀ ਨਹੀਂ ਕਰਨਾ। ਤੁਹਾਡੇ ਕੋਲ ਡਿਗਰੀਆਂ ਹੋ ਸਕਦੀਆਂ ਨੇ, ਤੁਹਾਡੇ ਕੋਲ ਪੜ੍ਹਾਈ ਵੱਡੀ ਹੋ ਸਕਦੀ ਹੈ, ਪਰ ਕਿਤੇ ਨਾ ਕਿਤੇ ਹਿੰਮਤ ਹਾਰ ਜਾਂਦੇ ਹੋ ਜਦੋਂ ਤੁਹਾਨੂੰ ਕੋਈ ਕੰਮ ਨਹੀਂ ਮਿਲਦਾ। ਅਜਿਹੇ ਕਸ਼ਮਕਸ਼ 'ਚੋਂ ਨਿਕਲੇ ਹੋਏ ਇੱਕ ਪਰਿਵਾਰ ਨਾਲ ਤੁਹਾਨੂੰ ਮਿਲਾਵਾਂਗੇ, ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਆਖਿਰਕਾਰ ਕਿਸ ਤਰੀਕੇ ਨਾਲ ਅੱਜ ਇੱਕ ਛੋਟੇ ਦੇ ਪਿੰਡ ਤੋਂ ਨਾਮ ਉਹਨਾਂ ਦਾ ਬਣਿਆ ਅਤੇ ਅੱਜ ਵਿਦੇਸ਼ਾਂ ਵਿੱਚ ਉਹਨਾਂ ਦੇ ਨਾਮ ਦੇ ਚਰਚੇ ਨੇ। ਇਹ ਚਰਚੇ ਦੀ ਗੱਲ ਕੀਤੀ ਜਾਵੇ ਤਾਂ ਇਸ ਚਰਚੇ ਵਿਚਕਾਰ ਗੱਲ ਆਉਂਦੀ ਹੈ ਲੇਡੀਜ਼ ਦੇ ਸੂਟਾਂ ਦੀ। ਬਹੁਤ ਵੱਡੀ ਦੁਨੀਆ ਹੈ ਜਿਸ ਦੇ ਵਿੱਚ ਕਿ ਇੰਡੀਆ ਤੋਂ ਵੱਡੇ ਪੱਧਰ 'ਤੇ ਜਿਹੜੇ ਸੂਟ ਵਗੈਰਾ ਨੇ ਉਹ ਸਪਲਾਈ ਹੁੰਦੇ ਨੇ, ਕੋਰੀਅਰ ਰਾਹੀਂ ਜਿਹੜੇ ਨੇ ਵਿਦੇਸ਼ਾਂ ਵਿੱਚ ਪਹੁੰਚਦੇ ਨੇ। ਸ਼ੁਰੂਆਤ ਕਿਵੇਂ ਹੁੰਦੀ ਹੈ ਅਤੇ ਜ਼ਿੰਦਗੀ ਕਿਵੇਂ ਚੱਲਦੀ ਹੈ ਇਸ ਬਾਰੇ ਗੱਲਬਾਤ ਕਰਾਂਗੇ। ਸਾਡੇ ਨਾਲ ਮੈਡਮ ਮੌਜੂਦ ਨੇ। ਮੈਡਮ, ਸਭ ਤੋਂ ਪਹਿਲਾਂ ਤੁਹਾਡਾ ਨਾਮ ਜਿਹੜਾ ਹੈ ਉਹ ਦੱਸ ਦਿਓ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਜੁਗਨਜੀਤ ਕੌਰ, ਚੀਰੇ ਚੁੰਨੀਆਂ ਬੁਟੀਕ ਹੈ ਜਿਹੜੀ ਮੈਂ ਚਲਾ ਰਹੀ ਹਾਂ। ਮੈਡਮ, ਸ਼ੁਰੂਆਤ ਕਿਵੇਂ ਹੁੰਦੀ ਹੈ ਦੱਸਦੇ ਨੇ ਕਿ ਤੁਸੀਂ ਸਟੱਡੀ ਬੜੀ ਕੀਤੀ ਹੈ, ਟੀਚਿੰਗ ਲੈਵਲ ਵਾਲੀ ਸਟੱਡੀ ਤੁਸੀਂ ਕੀਤੀ ਹੈ, ਪਰ ਇਹ ਬਿਲਕੁਲ ਹਟ ਕੇ ਕੀਤਾ ਹੈ, ਛੋਟੇ ਜਿਹੇ ਪਿੰਡ ਤੋਂ ਵਿਦੇਸ਼ਾਂ ਤੱਕ ਦਾ ਸਫ਼ਰ ਕਿਵੇਂ ਸ਼ੁਰੂ ਹੋਇਆ? ਮੈਂ ਡਬਲ ਐੱਮ ਏ ਐੱਮ ਐੱਸ ਸੀ ਬੀ ਐੱਡ ਅਤੇ ਆਰਟ ਐਂਡ ਕਰਾਫਟ ਟੀਚਰ ਟ੍ਰੇਨਿੰਗ ਕੀਤੀ ਹੋਈ ਹੈ, ਪਰ ਇੰਨੀ ਪੜ੍ਹਾਈ ਕਰਨ ਦੇ ਬਾਵਜੂਦ ਵੀ ਜਿਹੜਾ ਮੈਨੂੰ ਰੁਜ਼ਗਾਰ ਹੈ ਉਹ ਇਹੋ ਜਿਹਾ ਨਹੀਂ ਮਿਲ ਸਕਿਆ ਜਿਹਨੂੰ ਮੈਂ ਪੱਕਾ ਅਤੇ ਚੰਗਾ ਰੁਜ਼ਗਾਰ ਕਹਿ ਸਕਾਂ, ਜਿਹੜਾ ਮੈਨੂੰ ਚੰਗਾ ਮਿਹਨਤਾਂ ਨਾ ਦਿੰਦਾ ਹੋਵੇ। ਮੈਂ ਬਤੌਰ ਐੱਸ ਟੀ ਆਰ ਵਲੰਟੀਅਰ 6-7 ਸਾਲ ਸਕੂਲ 'ਚ ਕੰਮ ਕੀਤਾ, ਕੰਮ ਕਰਨ ਤੋਂ ਬਾਅਦ ਜਿਹੜੀ ਮੇਰੀ ਪੇ ਸੀ 2000 ਤੋਂ ਲੈ ਕੇ 5000 ਤੱਕ ਪਹੁੰਚੀ ਸੀ 7 ਸਾਲਾਂ 'ਚ। ਮੈਨੂੰ ਲੱਗਿਆ ਵੀ ਇਹ ਬਹੁਤ ਘੱਟ ਹੈ, ਇੰਨੇ 'ਤੇ ਮੈਂ ਕੰਮ ਨਹੀਂ ਕਰਨਾ। ਮੈਂ ਫਿਰ ਉਹ ਜੋਬ ਹੈ ਜਿਹੜੀ ਮੈਂ ਛੱਡਤੀ ਸੀ, ਉਹ ਜੋਬ ਛੱਡ ਕੇ ਫਿਰ ਮੈਂ ਉਸ ਤੋਂ ਬਾਅਦ ਮੇਰੀਆਂ ਕੁਛ ਦਿੱਕਤਾਂ ਰਹੀਆਂ, ਕੁਛ ਪਰਿਵਾਰਕ ਦਿੱਕਤਾਂ ਰਹੀਆਂ, ਕੁਛ ਮੇਰੀਆਂ ਸਿਹਤ ਦੀਆਂ ਸਮੱਸਿਆਵਾਂ ਰਹੀਆਂ, ਉਹਨਾਂ ਕਰਕੇ ਕੁਛ ਟਾਈਮ ਮੈਂ ਨਹੀਂ ਕੁਛ ਕਰ ਸਕੀ। ਹੁਣ ਬੱਚੇ ਥੋੜ੍ਹੇ ਵੱਡੇ ਹੋਏ ਨੇ, ਪਰ ਲਗਾਤਾਰ ਮਨ 'ਚ ਇਹ ਜ਼ਰੂਰ ਸੀ ਕਿ ਕਰਨਾ ਜ਼ਰੂਰ ਹੈ ਕੁਛ। ਅਤੇ ਹੁਣ ਮੈਂ ਪਿਛਲੇ ਸਾਲ ਕੁ ਤੋਂ ਇਹ ਕੰਮ ਹੈ ਜਿਹੜਾ ਸੂਟਸ ਵਾਲਾ ਕਰ ਰਹੀ ਸੀ, ਅਤੇ ਹੁਣ ਬਤੌਰ ਮਤਲਬ ਇੱਕ ਬੁਟੀਕ ਹੈ ਜਿਹੜੀ ਓਪਨ ਕੀਤੀ ਹੈ ਮੈਂ, ਅਤੇ ਔਨਲਾਈਨ ਵੀ ਕੰਮ ਸ਼ੁਰੂ ਕੀਤਾ ਜਿਹਦਾ ਮੈਨੂੰ ਚੰਗਾ ਰਿਸਪੋਂਸ ਹੈ ਜਿਹੜਾ ਮਿਲ ਰਿਹਾ। ਕੋਈ ਸ਼ੋਪ ਤੁਸੀਂ ਨਹੀਂ ਕੀਤੀ, ਘਰ ਦੇ ਬੈਡਰੂਮ ਤੋਂ ਹੀ ਤੁਸੀਂ ਔਨਲਾਈਨ ਜਿਹੜਾ ਹੈ ਪੂਰਾ ਬਿਜ਼ਨਸ ਐਕਸਟੈਂਡ ਕਰ ਦਿੱਤਾ ਹੈ, ਤਾਂ ਸ਼ੁਰੂਆਤ ਕਿਵੇਂ ਹੋਈ, ਕਿਹੜੇ ਕਿਹੜੇ ਦੇਸ਼ ਨੇ ਅੱਜ ਜਿੱਥੋਂ ਦੇ ਲੋਕ ਤੁਹਾਡੇ ਨਾਲ ਸੰਪਰਕ ਕਰਦੇ ਨੇ? ਸ਼ੁਰੂਆਤ ਹੋਈ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਵੀ ਮੇਰੀ ਪ੍ਰੋਬਲਮ ਸੀ ਕਿ ਮੈਂ ਘਰੋਂ ਨਹੀਂ ਸੀ ਜਾ ਸਕਦੀ, ਮੇਰੇ ਮਦਰ ਨੇ ਉਹ ਹਾਰਟ ਦੇ ਪੇਸ਼ੈਂਟ ਨੇ ਉਹਨਾਂ ਕਰਕੇ, ਬੱਚੇ ਛੋਟੇ ਹੋਣ ਕਰਕੇ, ਫਿਰ ਮੈਨੂੰ ਲੱਗਿਆ ਵੀ ਤੁਸੀਂ ਇਹੋ ਜਿਹਾ ਕੀ ਕਰ ਸਕਦੇ ਹੋ, ਤੁਸੀਂ ਨਹੀਂ ਜਾ ਸਕਦੇ, ਤੁਸੀਂ ਇਹੋ ਜਿਹਾ ਕੰਮ ਕਰ ਲਓ ਜਿਹੜਾ ਘਰੋਂ ਸ਼ੁਰੂ ਕਰ ਸਕਦੇ ਹੋਵੋ। ਘਰੋਂ ਫਿਰ ਮੇਰੇ ਲਈ ਬੈਟਰ ਆਪਸ਼ਨ ਇਹੀ ਸੀ ਕਿਉਂਕਿ ਮੈਂ ਆਰਟ ਐਂਡ ਕਰਾਫਟ ਟੀਚਰ ਟ੍ਰੇਨਿੰਗ ਵੀ ਤਾਂ ਹੀ ਕੀਤੀ ਸੀ ਕਿਉਂਕਿ ਆਰਟ ਵੱਲ ਮੇਰਾ ਬਹੁਤ ਧਿਆਨ ਸੀ, ਅਤੇ ਸੂਟਸ ਦਾ ਕੰਮ ਹੈ ਜਿਹੜਾ ਮੈਨੂੰ ਬਹੁਤ ਆਰਟਿਸਟਿਕ ਲੱਗਦਾ ਹੁੰਦਾ ਸੀ, ਬਹੁਤ ਖਿੱਚ ਪਾਉਂਦਾ ਸੀ ਵੀ ਇਹੋ ਜਿਹਾ ਕੰਮ ਮੈਂ ਜਿਹੜਾ ਕਰ ਸਕਦੀ ਹਾਂ। ਅਤੇ ਇਹ ਕੰਮ ਮੈਂ ਸ਼ੁਰੂ ਕੀਤਾ, ਹੁਣ ਮੈਨੂੰ USA ਤੋਂ, ਕੈਨੇਡਾ ਤੋਂ, ਆਸਟ੍ਰੇਲੀਆ ਤੋਂ, ਜਿੱਥੇ ਜਿੱਥੇ ਵੀ ਪੰਜਾਬੀ ਆਪਣੇ ਪਹੁੰਚੇ ਹੋਏ ਨੇ, ਸੋਹਣੇ ਜਿਹੜੇ ਔਡਰ ਹੈ ਉਹ ਮਿਲ ਰਹੇ ਨੇ, ਚੰਗੇ ਔਡਰ ਮਿਲ ਰਹੇ ਨੇ। ਬਹੁਤ ਸਾਰੇ ਲੋਕ ਹਿੰਮਤ ਹਾਰ ਜਾਂਦੇ ਨੇ ਜਦੋਂ ਕੁਛ ਨਹੀਂ ਮਿਲਦਾ, ਕਈ ਲੋਕ ਮਾੜੇ ਕਦਮ ਵੀ ਚੱਕ ਲੈਂਦੇ ਨੇ, ਸੁਸਾਈਡ ਤੱਕ ਦੀ ਸੋਚ ਲੈਂਦੇ ਨੇ, ਡਿਪਰੈਸ਼ਨ ਵਿੱਚ ਚਲੇ ਜਾਂਦੇ ਨੇ, ਤਾਂ ਸਰਵਾਈਵ ਕਿਵੇਂ ਕਰਨ ਉਹ ਲੋਕ, ਜਾਂ ਜਿਹੜੇ ਲੋਕ ਵਿਦੇਸ਼ ਵੱਲ ਨੂੰ ਭੱਜ ਰਹੇ ਨੇ, ਅੱਜ ਕਰਜ਼ਾ ਚੱਕ ਚੱਕ ਲੋਕ ਜਿਹੜੇ ਨੇ ਵਿਦੇਸ਼ਾਂ ਵਿੱਚ ਬੱਚਿਆਂ ਨੂੰ ਭੇਜ ਰਹੇ ਨੇ,
ਕਿਵੇਂ ਸੈਟਅਪ ਕਰ ਸਕਦੇ ਜਿਵੇਂ ਤੁਸੀਂ ਸ਼ੁਰੂਆਤ ਕੀਤੀ? ਮੈਂ ਇਹੀ ਸੋਚ ਕੇ ਸ਼ੁਰੂਆਤ ਕੀਤੀ ਸੀ ਕਿ ਡਿਪਰੈਸ਼ਨ ਜਿਹੜਾ ਡਿਪਰੈਸ਼ਨ ਤੁਹਾਨੂੰ ਜ਼ਿੰਦਗੀ ਤੋਂ ਮੌਤ ਵੱਲ ਧਕੇਲ ਕੇ ਜਿਹੜਾ ਲੈ ਜਾਂਦਾ। ਮੈਂ ਵੀ ਕੁਛ ਟਾਈਮ ਮੈਂ ਮਾਈਨਰ ਜੇ ਡਿਪਰੈਸ਼ਨ ਦੀ ਮੈਂ ਵੀ ਸ਼ਿਕਾਰ ਰਹੀ ਹਾਂ। ਮੈਨੂੰ ਲੱਗਦਾ ਸੀ ਕਿ ਜ਼ਿੰਦਗੀ ਬਸ ਇਹੀ ਰਹਿ ਗਈ, ਬਸ ਇਹੀ ਲਾਈਫ ਰਹਿ ਗਈ, ਹੈ ਨਾ, ਜਿਹੜਾ ਕੁਛ ਮੈਂ ਕਰ ਰਹੀ ਸੀ। ਪਰ ਮਨ 'ਚ ਇਹ ਜ਼ਰੂਰ ਸੀ ਕੋਈ ਕੁਛ ਨਾ ਕੁਛ ਕਰਨਾ। ਫਿਰ ਜਦੋਂ ਤੁਸੀਂ ਕਿਤਾਬਾਂ ਪੜ੍ਹਦੇ ਹੋ, ਤੁਸੀਂ ਇਹੋ ਜਿਹੇ ਲੋਕਾਂ ਨੂੰ ਮਿਲਦੇ ਹੋ ਜਿਹੜੇ ਵਧੀਆ ਜ਼ਿੰਦਗੀ ਜਿਉਂ ਰਹੇ ਨੇ, ਤੁਹਾਨੂੰ ਪ੍ਰੇਰਨਾ ਮਿਲਦੀ ਹੈ। ਅਤੇ ਮੈਨੂੰ ਵੀ ਲੱਗਦਾ ਹੁੰਦਾ ਵੀ ਮੈਂ ਸਾਰਿਆਂ ਨੂੰ ਇਹੀ ਕਹਿੰਦੀ ਹੁੰਦੀ ਹਾਂ ਕਿ ਜ਼ਿੰਦਗੀ ਤੁਹਾਡੇ ਲਈ ਬਹੁਤ ਕੁਛ ਲਈ ਬੈਠੀ ਹੈ, ਉਹਨੂੰ ਇੱਕ ਵਾਰੀ ਜਾ ਕੇ ਜ਼ਰੂਰ ਮਿਲੋ। ਜ਼ਿੰਦਗੀ ਬਹੁਤ ਸੋਹਣੀ ਹੈ, ਬਹੁਤ ਸੋਹਣੇ ਤਰੀਕੇ ਨਾਲ ਜਿਉਣੀ ਚਾਹੀਦੀ ਹੈ। ਡਿਪਰੈਸ਼ਨ ਹੈ ਜਿਹੜਾ ਕਿਸੇ ਵੀ ਚੀਜ਼ ਦਾ ਹੱਲ ਨਹੀਂ ਹੈ, ਡਿਪਰੈਸ਼ਨ 'ਚੋਂ ਨਿਕਲਣ ਲਈ ਕੋਸ਼ਿਸ਼ਾਂ ਜ਼ਰੂਰ ਕਰਨੀਆਂ ਚਾਹੀਦੀਆਂ, ਉਹਦੇ ਲਈ ਫਿਰ ਤੁਹਾਨੂੰ ਕੰਮ ਕਰਨਾ ਚਾਹੀਦਾ। ਤੁਹਾਡੀ ਸ਼ੋਪ ਜ਼ਰੂਰ ਦੇਖਣਾ ਚਾਹੂੰਗੀ ਇੱਕ ਵਾਰ ਜੋ ਤੁਸੀਂ ਘਰੇ ਇੰਸਟਾਲ ਕੀਤੀ ਹੋਈ ਹੈ, ਕੀ ਕੁਛ ਇਹਦੇ ਵਿਚਕਾਰ ਹੈਗਾ ਅਤੇ ਕਿਹੜੀ ਕਿਹੜੀ ਵਰਾਇਟੀ? ਅਸੀਂ ਸੂਟਸ ਦੀ ਹਰ ਵਰਾਇਟੀ ਹੈ ਜਿਹੜੀ ਰੱਖਦੇ ਹਾਂ। ਸੂਟਸ ਜਿਵੇਂ ਪੇਂਟਿੰਗ ਵਾਲੇ ਵੀ ਆ ਜਾਂਦੇ ਨੇ, ਸੂਟਸ ਇੰਬਰਾਇਡਰੀ ਮਸ਼ੀਨ ਵਾਲੇ ਵੀ ਆ ਜਾਂਦੇ ਨੇ, ਸੂਟਸ ਐਂਡ ਵਰਕ ਦੇ ਵੀ ਆ ਜਾਂਦੇ ਨੇ। ਹਰ ਤਰ੍ਹਾਂ ਦੀ ਚੀਜ਼ ਹੈ ਜਿਹੜੀ ਅਸੀਂ ਕਸਟਮਾਈਜੇਸ਼ਨ ਸਪੈਸ਼ਲੀ ਕਰਵਾਉਂਦੇ ਹਾਂ। ਜਿਹੋ ਜਿਹਾ ਵੀ ਕਸਟਮਰ ਚਾਹੁੰਦਾ, ਜਿਹੋ ਜਿਹੀ ਚੀਜ਼ ਚਾਹੁੰਦਾ, ਜਿਹੜਾ ਕੱਪੜਾ ਚਾਹੁੰਦਾ, ਜਿਹੜੀ ਕਢਾਈ ਚਾਹੁੰਦਾ, ਜਿਹੜੇ ਕਲਰ ਦੇ ਵਿੱਚ ਚਾਹੁੰਦਾ, ਉਹ ਚੀਜ਼ਾਂ ਨੇ ਜਿਹੜੀਆਂ ਅਸੀਂ ਬਣਾ ਕੇ ਉਹਨਾਂ ਨੂੰ ਦਿੰਦੇ ਹਾਂ। ਸਾਰਾ ਸੈਟਅਪ ਹੈ ਜਿਹੜਾ ਅਸੀਂ ਮੈਂ ਮਤਲਬ ਖੁਦ ਮੇਰੇ ਬੈਡਰੂਮ 'ਚ ਹੀ ਚਲਾ ਰਹੀ ਹਾਂ। ਦਿਖਾ ਸਕਦੇ ਹੋ ਕੁਛ ਜਿਹੜਾ ਕੁਛ ਕੀਤਾ ਹੋਇਆ ਤੁਸੀਂ ਵੱਖਰਾ, ਜਿਹੜਾ ਕਿ ਲੋਕਾਂ ਨੂੰ ਤੁਹਾਡੇ ਵੱਲ ਅਟਰੈਕਟ ਕਰਦਾ? ਹਾਂਜੀ, ਜਿਵੇਂ ਪੇਂਟਿੰਗ ਦੇ ਸੂਟਸ ਨੇ ਸਾਡੇ ਕੋਲ ਬਹੁਤ ਸੋਹਣੇ ਰੈਡੀ ਹੋਏ ਹੋਏ ਨੇ। ਮਸ਼ੀਨ ਇੰਬਰਾਇਡਰੀ ਦੇ ਸੂਟਸ ਨੇ, ਇਹ ਹੈਂਡ ਵਰਕ ਦੇ ਵਿੱਚ ਜਿਵੇਂ ਆਰੀ ਵਰਕ ਦੇ ਸੂਟ ਆ ਜਾਂਦੇ ਨੇ, ਇਹ ਬਹੁਤ ਸੋਹਣੇ ਰੈਡੀ ਹੁੰਦੇ ਨੇ। ਇੱਧਰ ਵੀ ਜਿਹੜੇ ਸੂਟਸ ਨੇ ਕੁਛ ਇਹਨਾਂ ਦੀਆਂ ਜਿਹੜੀਆਂ ਜਿਹੜੀ ਸ਼ਿਪਮੈਂਟ ਹੈ ਉਹ ਜਾਣੀ ਹੈ। ਇਹ ਬਹੁਤ ਸੋਹਣੇ ਸੂਟ ਬਣੇ ਹੋਏ ਨੇ, ਇਹਨਾਂ ਦੇ ਵਿੱਚ ਜਿਵੇਂ ਸਲਿੱਪਾਂ ਪਈਆਂ ਹੋਈਆਂ ਨੇ, ਜਾ ਰਹੇ ਨੇ ਸ਼ਿਪਿੰਗ ਲਈ, ਜਾ ਰਹੇ ਨੇ ਸਾਰੇ ਸੂਟ ਇਹ। ਇਹ ਜਿਹੜੇ ਸਾਡੇ ਮਤਲਬ ਕਾਰੀਗਰ ਨੇ ਉਹ ਕਰਦੇ ਰਹਿੰਦੇ ਨੇ, ਅਸੀਂ ਚੀਜ਼ਾਂ ਡਿਜ਼ਾਈਨ ਕਰਦੇ ਰਹਿੰਦੇ ਹਾਂ, ਬਣਦੀਆਂ ਰਹਿੰਦੀਆਂ ਨੇ ਚੀਜ਼ਾਂ, ਆਉਂਦੀਆਂ ਰਹਿੰਦੀਆਂ ਨੇ ਅਤੇ ਜਾਂਦੀਆਂ ਰਹਿੰਦੀਆਂ ਨੇ। ਫਿਰ ਇਹਦੇ ਨਾਲ ਰੋਜ਼ਗਾਰ ਤਾਂ ਬਹੁਤ ਲੋਕ ਤੁਹਾਡੇ ਨਾਲ ਜੁੜ ਗਏ ਹੋਣੇ, ਜਿਵੇਂ ਸ਼ੁਰੂਆਤ ਦੀ ਗੱਲ ਕੀਤੀ ਜਾਵੇ ਅਤੇ ਐਂਡ ਤੱਕ ਜੋ ਤੱਕ ਕੋਰੀਅਰ ਹੁੰਦਾ ਹੈ, ਤਾਂ ਕਿਤੇ ਕਿਤੇ ਉਹਨਾਂ ਲੋਕਾਂ ਨੂੰ ਫਾਇਦਾ ਬਹੁਤ ਜ਼ਿਆਦਾ ਹੋਇਆ ਹੋਣਾ। ਹਾਂਜੀ, 15 ਤੋਂ 20 ਪਰਿਵਾਰ ਜਿਹੜੇ ਸਾਡੇ ਨਾਲ ਮਤਲਬ ਕੰਮ ਕਰ ਰਹੇ ਨੇ, ਕਿਉਂਕਿ ਸਟਿਚਿੰਗ ਦਾ ਬਹੁਤ ਸਾਰਾ ਕੰਮ ਆਉਂਦਾ ਰਹਿੰਦਾ ਹੈ। ਬਹੁਤ ਸਾਰੇ ਤਰ੍ਹਾਂ ਦੇ ਕਾਰੀਗਰ ਤੁਹਾਡੇ ਨਾਲ ਕੰਮ ਕਰਦੇ ਨੇ, ਹੈ ਨਾ। ਜ਼ਿਆਦਾ ਮੈਂ ਮੋਸਟਲੀ ਚਾਹੁੰਦੀ ਹੁੰਦੀ ਹਾਂ ਕਿ ਘਰਾਂ ਤੋਂ ਕੰਮ ਕਰਨ ਵਾਲੀਆਂ ਕੁੜੀਆਂ ਤੋਂ ਮੈਂ ਕੰਮ ਕਰਵਾਵਾਂ, ਉਹ ਮੇਰੇ ਨਾਲ ਹੈਗੀਆਂ ਨੇ, ਟੀਮ ਸਾਡੀ ਸੋਹਣੀ ਬਣੀ ਹੋਈ ਹੈ, ਸੋਹਣਾ ਕੰਮ ਚੱਲ ਰਿਹਾ ਹੈ। 15 ਤੋਂ 20 ਪਰਿਵਾਰ ਚੱਲ ਰਹੇ ਨੇ, ਪਰ ਮੇਰਾ ਇਹ ਹੈ ਹੋਪਫੁਲੀ 1 ਸਾਲ ਤੱਕ ਅਸੀਂ 50 ਤੋਂ ਵੱਧ ਪਰਿਵਾਰਾਂ ਨੂੰ ਜਿਹੜਾ ਰੁਜ਼ਗਾਰ ਹੈ ਉਹ ਦੇ ਦਾਂਗੇ, ਕਿਉਂਕਿ ਸਾਡਾ ਕੰਮ ਲਗਾਤਾਰ ਜਿਹੜਾ ਵੱਧ ਰਿਹਾ। ਅੱਛਾ, ਸਰਕਾਰ ਕਿਵੇਂ ਸਹਿਯੋਗ ਕਰ ਸਕਦੀ ਹੈ ਇਹੋ ਜਿਹੇ ਕੰਮ ਸ਼ੁਰੂ ਕਰਨ ਵਿੱਚ? ਕਿਸ ਤਰੀਕੇ ਨਾਲ ਸਰਕਾਰ ਕੋਈ ਸਕੀਮ ਲਿਆ ਸਕਦੀ ਹੈ ਜਿਸ ਦੇ ਨਾਲ ਕਿ ਇਸ ਤਰੀਕੇ ਦੇ ਰੋਜ਼ਗਾਰ ਜਿਹੜੇ ਨੇ ਉਹ ਵੱਧ ਸਕਣ, ਬੇਰੋਜ਼ਗਾਰੀ ਖਤਮ ਹੋ ਸਕੇ? ਬੇਰੁਜ਼ਗਾਰੀ ਖਤਮ ਕਰਨ ਲਈ ਤਾਂ ਮੈਨੂੰ ਲੱਗਦਾ ਹੁੰਦਾ ਵੀ ਲੇਡੀਜ਼ ਨੂੰ ਜਿਵੇਂ ਸਪੈਸ਼ਲ ਲੋਨ ਸੁਵਿਧਾ ਦਿੱਤੀ ਜਾ ਸਕਦੀ ਹੈ, ਉਹਦੇ 'ਚ ਕੋਈ ਰਿਬੇਟ ਦਿੱਤੀ ਜਾ ਸਕਦੀ ਹੈ, ਹੈ ਨਾ, ਇਹੋ ਜਿਹੇ ਕੰਮ ਹੈ ਜਿਹੜੇ ਸਰਕਾਰ ਕਰ ਸਕਦੀ ਹੈ, ਤਾਂ ਕਿ ਕੁੜੀਆਂ ਵੀ ਨੇ ਜਿਹੜੀਆਂ ਘਰਾਂ ਤੋਂ ਕੰਮ ਕਰ ਸਕਣ ਅਤੇ ਰੁਜ਼ਗਾਰ ਹੈ ਜਿਹੜਾ, ਜਦੋਂ ਇੱਕ ਬੰਦਾ ਰੁਜ਼ਗਾਰ ਕਰਦਾ, ਦੇਖੋ ਬਹੁਤ ਸਾਰੇ ਜਣਿਆਂ ਨੂੰ ਰੁਜ਼ਗਾਰ ਦਿੰਦਾ, ਜਿਵੇਂ ਅਸੀਂ ਖੁਦ ਕਹਿੰਦੇ ਹਾਂ ਵੀ ਅਸੀਂ 15 ਤੋਂ 20 ਜਣਿਆਂ ਨੂੰ ਰੁਜ਼ਗਾਰ ਦੇ ਰਹੇ ਹਾਂ, ਤਾਂ ਰੁਜ਼ਗਾਰ ਖੁਦ ਬ ਖੁਦ ਪੈਦਾ ਹੋਊਗਾ ਹੀ। ਸਰਕਾਰਾਂ ਨੂੰ ਇਹੀ ਚਾਹੀਦਾ ਵੀ ਉਹ ਮਦਦ ਹੈ ਜਿਹੜੀ ਫਾਈਨੈਂਸ਼ੀਅਲੀ ਮਦਦ ਲੋਕਾਂ ਦੀ ਕਰ ਸਕਦੇ ਹੈਗੇ, ਟ੍ਰੇਨਿੰਗ ਸੈਂਟਰ ਖੋਲ੍ਹ ਸਕਦੇ ਆ ਸਸਤੇ ਰੇਟਾਂ 'ਤੇ, ਉਹਨਾਂ ਨੂੰ ਟ੍ਰੇਨਿੰਗ ਦੇ ਸਕਦੇ ਆ, ਹੈ ਨਾ, ਇਹੋ ਜਿਹਾ ਕੁਛ ਸੋਚਣਾ ਚਾਹੀਦਾ। ਤੁਹਾਡਾ ਨਾਮ ਬੜਾ ਟਿਪੀਕਲ ਜਿਹਾ ਸੋਚਿਆ ਹੋਇਆ ਹੈ, ਚੀਰ ਬੜਾ, ਕੀ ਇਹਦੇ ਪਿੱਛੇ ਕਾਰਨ ਕੀ ਸੀ, ਕਿਵੇਂ ਦਿਮਾਗ ਵਿੱਚ ਆਇਆ ਕਿ ਇਹ ਨਾਮ? ਬੁਟੀਕ ਦਾ ਨਾਮ ਹੈ ਚੀਰੇ ਚੁੰਨੀਆਂ, ਚੀਰੇ ਚੁੰਨੀਆਂ। ਮੈਨੂੰ ਲੱਗਦਾ ਸੀ ਜਦੋਂ ਪੰਜਾਬੀ ਸੂਟਾਂ ਦਾ ਕੰਮ ਕਰਨਾ ਹੈ ਤਾਂ ਪ੍ਰੋਪਰਲੀ ਇੱਕ ਪੰਜਾਬੀ ਨਾਮ ਮੈਂ ਚਾਹੁੰਦੀ ਸੀ ਜਿਹੜਾ ਪੰਜਾਬੀ ਵਿਰਾਸਤ ਵਾਂਗੂ ਕੁਛ ਬੋਲਣ 'ਚ ਲੱਗਦਾ ਹੋਵੇ, ਜਿਵੇਂ ਕਹਿੰਦੇ ਹੁੰਦੇ ਨਾ ਪਿਓਰ ਪੰਜਾਬੀ 'ਚ ਵੀ ਮੂੰਹ ਜਾ ਭਰਦਾ ਹੋਵੇ ਗੱਲ ਕਰਦਿਆਂ ਦਾ। ਮੈਨੂੰ ਫਿਰ ਮੈਂ ਜਦੋਂ ਸੋਚਿਆ, ਫਿਰ ਮੈਂ ਸੋਚਿਆ ਸੀ ਫਿਲਹਾਲ ਤਾਂ ਅਸੀਂ ਲੇਡੀਜ਼ ਦਾ ਕੰਮ ਹੀ ਕਰ ਰਹੇ ਹਾਂ ਜ਼ਿਆਦਾ, ਜੈਂਟਸ ਦੇ 1-2 ਆਰਡਰ ਵਿੱਚ ਦੀ ਕੋਈ ਆ ਜਾਂਦੇ ਨੇ, ਕੋਈ ਜੈਕਟ ਬਣਵਾ ਲਈ ਜਾਂ ਹੋਰ, ਜ਼ਿਆਦਾ ਨਹੀਂ ਹਲੇ ਅਸੀਂ ਕਰ ਰਹੇ। ਪਰ ਫਿਊਚਰ ਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਚੀਰੇ ਅਤੇ ਚੁੰਨੀਆਂ, ਚੀਰੇ ਜਿਵੇਂ ਪੱਗ ਨੂੰ ਕਹਿੰਦੇ ਹਾਂ ਆਪਾਂ, ਹੈ ਨਾ, ਚੁੰਨੀਆਂ ਲੇਡੀਜ਼ ਦਾ ਕੰਮ ਹੋ ਗਿਆ, ਵੀ ਜੈਂਟਸ ਲੇਡੀਜ਼ ਦਾ ਦੋਨਾਂ ਦਾ ਅਸੀਂ ਇੱਕ ਬ੍ਰਾਂਡ ਨੇਮ ਇਸਟੈਬਲਿਸ਼ ਕਰਨਾ ਚਾਹੁੰਦੇ ਹਾਂ ਇਹਨੂੰ, ਚੀਰੇ ਚੁੰਨੀਆਂ ਨੂੰ। ਸੋਚਿਆ ਅੱਗੇ ਹੁਣ ਇਸ ਤੋਂ ਗਾਂਹ ਕਿੱਥੇ ਤੱਕ ਪਹੁੰਚ ਕਰਨੀ ਹੈ, ਕਿਉਂਕਿ ਪਿੰਡ ਵਿੱਚੋਂ ਤੁਸੀਂ ਬੈਠੇ ਹੋਏ ਹੋ,
ਪਿੰਡ ਵੀ ਕਾਫੀ ਦੂਰ ਹੈ ਸ਼ਹਿਰ ਤੋਂ, ਤੇ ਇੱਥੇ ਬੈਠ ਕੇ ਤੁਸੀਂ ਵਿਦੇਸ਼ ਤੱਕ ਪਹੁੰਚ ਕਰ ਰਹੇ ਹੋ, ਅੱਗੇ ਕੀ ਸੋਚਿਆ ਕੰਮ ਨੂੰ ਹੋਰ ਵਧਾਉਣਾ? ਅੱਗੇ ਕੰਮ ਨੂੰ ਹੋਰ ਵਧਾਉਣ ਦਾ ਤਾਂ ਆਈਡੀਆ ਜਿਹੜਾ, ਮੈਂ ਪਹਿਲਾਂ ਵੀ ਜਿਵੇਂ ਆਪਾਂ ਆਫ ਕੈਮਰਾ ਵੀ ਗੱਲ ਕਰ ਰਹੇ ਸੀ, ਮੈਂ ਇਹੀ ਗੱਲ ਕਰ ਰਹੀ ਸੀ ਵੀ ਮੈਂ ਇਹਨੂੰ ਬ੍ਰਾਂਡ ਨੇਮ ਵਾਂਗੂ ਬਣਾ ਕੇ, ਸਾਡਾ ਫਿਊਚਰ ਪਲੈਨ ਇਹੀ ਹੈ ਵੀ ਅਸੀਂ ਜਿਹੜੇ ਸਟੋਰ ਹੈ ਜ਼ਿਆਦਾ ਤੋਂ ਜ਼ਿਆਦਾ ਹੌਲੀ ਹੌਲੀ ਅਸੀਂ ਓਪਨ ਕਰਨਾ ਚਾਹੁੰਦੇ ਹਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ, ਜਿਵੇਂ ਇੱਕ ਦੋ ਮੇਰੇ ਕਜ਼ਨਸ ਬਾਹਰ ਨੇ, ਸਾਡੀ ਪਲੈਨਿੰਗ ਚੱਲ ਰਹੀ ਹੈ ਸ਼ਾਇਦ ਇਨ ਫਿਊਚਰ ਅਸੀਂ ਬਹੁਤ ਛੇਤੀ ਸਾਲ 2 ਸਾਲ 'ਚ ਹੀ ਜਿਹੜਾ ਸਟੋਰ ਬਾਹਰ ਵੀ ਖੋਲ੍ਹ ਲਈਏ ਆਪਣਾ। ਤਾਂ ਬਿਲਕੁਲ ਇੱਕ ਹੋਰ ਇੱਥੇ ਬੈਠੇ ਹੋਏ ਨੇ, ਇਹਨਾਂ ਨਾਲ ਗੱਲਬਾਤ ਕਰਾਂਗੇ। ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਤਾਜ਼ਵੀਰ ਹੈ ਜੀ। ਤਾਜ਼ਵੀਰ, ਕਿਸ ਤਰੀਕੇ ਦਾ ਲੱਗਦਾ ਇੱਥੇ ਅੱਗੇ ਜਦੋਂ ਕੰਮ ਕਰਦੇ ਹੋ, ਹੌਸਲਾ ਮਿਲਦਾ ਕਿਤੇ ਕਿਤੇ ਵੀ ਹਾਂ ਵੀ ਅਸੀਂ ਖੁਦ ਆਪਦੇ ਲਈ ਕਰ? ਹਾਂਜੀ ਬਿਲਕੁਲ ਮਿਲਦਾ ਗਾ, ਬਹੁਤ ਮਨ ਲੱਗਦਾ ਗਾ ਕਿਉਂਕਿ ਲੇਡੀਜ਼ ਦਾ ਕੰਮ ਹੀ ਹੈ ਨਾ ਸੂਟਾਂ ਦਾ ਜ਼ਿਆਦਾ ਹੁੰਦਾ ਗਾ, ਅਤੇ ਫਿਰ ਜਦੋਂ ਇੱਥੇ ਆਉਂਦੇ ਹਾਂ ਸਾਰੇ ਆਸੇ ਪਾਸੇ ਇੰਨੇ ਸੂਟ ਦੇਖਦੇ ਹਾਂ, ਇੰਨੇ ਕਲਰ ਦੇਖਦੇ ਹਾਂ, ਮਤਲਬ ਵੈਸੇ ਹੀ ਜ਼ਿੰਦਗੀ ਮਤਲਬ ਸੋਹਣੀ ਲੱਗਣ ਲੱਗ ਜਾਂਦੀ ਆ, ਅਤੇ ਬਹੁਤ ਮਨ ਕਰਦਾ ਇੱਥੇ ਆਉਣ ਨੂੰ ਅਤੇ ਇੱਥੇ ਆ ਕੇ ਕੰਮ ਕਰਨ ਨੂੰ। ਜਦੋਂ ਸ਼ੁਰੂਆਤ ਹੋਈ ਹੈ ਇਸ ਕੰਮ ਦੀ, ਸੋਚਿਆ ਸੀਗਾ ਵੀ ਐਡਾ ਵੱਡਾ ਬ੍ਰਾਂਡ ਜਿਹੜਾ ਬਣ ਜਾਊਗਾ ਜਿਸ ਨੂੰ ਕਿ ਲੋਕ ਵਿਦੇਸ਼ਾਂ ਤੱਕ ਜਾਣੂਗੇ? ਹਾਂਜੀ ਦੇਖੋ, ਜਦੋਂ ਆਪਾਂ ਹੈ ਨਾ ਕੰਮ ਕੋਈ ਸ਼ੁਰੂ ਕਰਦੇ ਹਾਂ ਉਦੋਂ ਥੋੜ੍ਹਾ ਜਿਹਾ ਤਾਂ ਐਂ ਲੱਗਦਾ ਹੀ ਹੁੰਦਾ ਗਾ, ਪਰ ਮਨ 'ਚ ਡਾਊਟ ਰਹਿੰਦਾ ਵੀ ਚੱਲੇਗਾ ਨਹੀਂ ਚੱਲੇਗਾ ਕਿਉਂਕਿ ਬੁਟੀਕ ਬਹੁਤ ਜ਼ਿਆਦਾ ਹੋਏ ਪਏ ਆ ਹੈ ਨਾ। ਪਰ ਫਿਰ ਜਦੋਂ ਮਤਲਬ ਅਸੀਂ ਸ਼ੁਰੂ ਕੀਤਾ, ਫਿਰ ਇਹਦੇ ਮਤਲਬ ਅਸੀਂ ਜੋ ਰੇਟ ਪ੍ਰਾਈਜ਼ ਰੱਖੇ ਹੈ ਨਾ ਥੋੜ੍ਹੇ ਘੱਟ ਰੱਖੇ, ਉਸ ਕਰਕੇ ਸਾਨੂੰ ਜ਼ਿਆਦਾ ਮਤਲਬ ਰਿਸਪੋਂਸ ਮਿਲਣ ਲੱਗਿਆ, ਮਤਲਬ ਫੈਬਰਿਕ ਸਾਰਾ ਵਧੀਆ ਲੈ ਰਹੇ ਹਾਂ ਅਸੀਂ ਹੈ ਨਾ, ਰੇਟ ਵੀ ਜੈਨੂਨ ਮਿਲ ਰਹੇ ਆ ਹੈ ਨਾ ਲੋਕਾਂ ਨੂੰ, ਤਾਂ ਕਰਕੇ ਮਤਲਬ ਸਾਨੂੰ ਰਿਸਪੋਂਸ ਕਾਫੀ ਜ਼ਿਆਦਾ ਮਤਲਬ ਥੋੜ੍ਹੇ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਰਿਸਪੋਂਸ ਸਾਨੂੰ ਮਿਲ ਰਿਹਾ ਹੈਗਾ, ਅਤੇ ਇਸ ਕਰਕੇ ਬਸ ਖੁਸ਼ੀ ਹੋ ਰਹੀ ਹੈ ਬਹੁਤ। ਤਾਂ ਬਿਲਕੁਲ, ਨਾਲ ਜਿਹੜੇ ਬਾਈ ਜੀ ਨੇ ਉਹ ਵੀ ਪੂਰਾ ਸਹਿਯੋਗ ਕਰਦੇ ਨੇ, ਨਾਲ ਇੱਥੇ ਕੰਮ ਇਹਨਾਂ ਦੇ ਹੱਥ ਬਣਾਉਂਦੇ ਨੇ, ਇਹਨਾਂ ਨਾਲ ਗੱਲਬਾਤ ਵੀ ਕਰਾਂਗੇ। ਇਹਨਾਂ ਦੀ ਸਟਰਗਲ ਪਿੱਛੇ ਬੜੀ ਲੰਬੀ ਕਹਾਣੀ ਹੈ, ਉਹ ਕਹਾਣੀ ਜ਼ਰੂਰ ਤੁਹਾਡੇ ਨਾਲ ਵੀ ਸਾਂਝੀ ਕਰਾਂਗੇ ਕਿ ਕਿਸ ਤਰੀਕੇ ਨਾਲ ਜਿਹੜਾ ਹੈਗਾ ਇਹਨਾਂ ਦੀ ਐਂਟਰੀ ਹੁੰਦੀ ਹੈ। ਬਾਈ ਜੀ, ਤੁਹਾਡੀ ਐਂਟਰੀ ਕਿਵੇਂ ਹੋ ਗਈ ਫਿਰ? ਤੁਸੀਂ ਤਾਂ ਕਹਿੰਦੇ ਬੜਾ ਜ਼ਿੰਦਗੀ ਵਿੱਚ ਥੱਲੜੇ ਲੈਵਲ ਤੋਂ ਤਾਹ ਤੱਕ ਪਹੁੰਚੇ। ਨਹੀਂ ਦੇਖੋ, ਜਿਵੇਂ ਜੁਗਨਜੀਤ ਨੇ ਦੱਸਿਆ, ਜਿਹੜੀ ਮਤਲਬ ਲਾਈਫ ਆ ਉਹ ਪੂਰੀ ਅੰਤ ਤੱਕ ਹੀ ਆਪਣੀ ਸੰਘਰਸ਼ ਹੀ ਹੁੰਦੀ ਹੈ ਇੱਕ ਤਰ੍ਹਾਂ ਦਾ। ਅਤੇ ਮੇਰਾ ਖੁਦ ਦਾ ਖੇਤਰ ਆ ਜੋ ਅਕਾਦਮਿਕਤਾ ਦਾ ਖੇਤਰ ਆ, ਟੀਚਿੰਗ ਦਾ ਖੇਤਰ, ਉਸ ਖੇਤਰ ਦੇ ਵਿੱਚ ਵੀ ਲੰਬੇ ਸੰਘਰਸ਼ ਤੋਂ ਬਾਅਦ ਹੀ ਮਤਲਬ ਇੱਕ ਤਰ੍ਹਾਂ ਕਹਿ ਲਈਏ ਵੀ ਹਜੇ ਵੀ ਜਿਹੜਾ ਉਹ ਕੱਚੇ ਰੁਜ਼ਗਾਰ ਦਾ ਪ੍ਰਬੰਧ ਹੀ ਹੋ ਸਕਿਆ। ਅਤੇ ਇਸ ਮੌਕੇ ਜਦੋਂ ਮਤਲਬ ਹਾਲਾਤ ਇਸ ਤਰ੍ਹਾਂ ਦੇ ਬਣੇ ਹੋਏ ਨੇ ਕਿ ਪਰਿਵਾਰਾਂ ਦੇ ਵਿੱਚ ਆਪਾਂ ਸਾਰਿਆਂ ਨੂੰ ਜੇ ਆਪਾਂ ਇਕੋਨਮੀ ਦੇ ਵਿੱਚ ਯੋਗਦਾਨ ਪਾਵਾਂਗੇ ਤਾਂ ਆਪਾਂ ਥੋੜ੍ਹੀ ਜਿਹੀ ਆਪਾਂ ਕਹਿ ਲਈਏ ਸ਼ਾਂਤ ਲਾਈਫ ਜਿਉਂ ਸਕਦੇ ਹਾਂ। ਇਸ ਮੌਕੇ ਇਸੇ ਲਈ ਜਦੋਂ ਜੁਗਨਜੀਤ ਨੇ ਕੰਮ ਸ਼ੁਰੂ ਕੀਤਾ ਤਾਂ ਮੈਨੂੰ ਇਹ ਸੀ ਵੀ ਇਸ ਕੰਮ ਦੇ ਵਿੱਚ ਜਿੰਨਾ ਵੱਧ ਤੋਂ ਵੱਧ ਇਹਦਾ ਸਾਥ ਦਿੱਤਾ ਜਾ ਸਕਦਾ, ਕਿਉਂਕਿ ਮੇਰੇ ਪੜ੍ਹਾਈ ਵਾਲੇ ਜਿਹੜਾ ਸਟਰਗਲਿੰਗ ਪੀਰੀਅਡ ਸੀ ਉਸ ਦੌਰਾਨ ਇਹਦਾ ਮੈਨੂੰ ਬਹੁਤ ਜ਼ਿਆਦਾ ਸਾਥ ਰਿਹਾ। ਤੁਹਾਡੀ ਸਟੱਡੀ ਕਿੰਨੀ ਕੁ ਹੈ? ਮੈਂ ਪੀ ਐੱਚ ਡੀ ਹਾਂ ਜੀ ਇੰਗਲਿਸ਼ ਲਿਟਰੇਚਰ ਦੇ ਵਿੱਚ, ਅਤੇ ਮੈਂ ਇਸ ਵਕਤ ਟੀ ਪੀ ਡੀ ਕਾਲਜ ਦੇ ਵਿੱਚ ਪੜ੍ਹਾ ਰਿਹਾ ਐਜ਼ ਏ ਅਸਿਸਟੈਂਟ ਪ੍ਰੋਫੈਸਰ। ਅਤੇ ਪਰ ਇੱਥੇ ਜਦੋਂ ਜੁਗਨਜੀਤ ਦੇ ਕੰਮ ਦੀ ਗੱਲ ਆਉਂਦੀ ਹੈ ਤਾਂ ਮੈਨੂੰ ਇਹ ਲੱਗਦਾ ਵੀ ਤੁਸੀਂ ਇੱਕ ਮਤਲਬ ਹਮਸਫ਼ਰ ਹੋਣ ਦੇ ਨਾਤੇ ਅਤੇ ਪਰਿਵਾਰਕ ਮੈਂਬਰ ਹੋਣ ਦੇ ਨਾਤੇ ਜਿਸ ਤਰ੍ਹਾਂ ਦਾ ਵੀ ਉਹਦੇ ਕੰਮ ਦੀਆਂ ਲੋੜਾਂ ਨੇ, ਜਿਸ ਤਰ੍ਹਾਂ ਦੇ ਉਹਦੇ ਕੰਮ ਦੇ ਰੁਝੇਵੇਂ ਨੇ, ਉਹ 'ਚ ਕਿਵੇਂ ਵੱਧ ਤੋਂ ਵੱਧ ਯੋਗਦਾਨ ਪਾ ਸਕਦੇ ਹੋ, ਇਹ ਸਾਰਾ ਮਤਲਬ ਜਿਹੜਾ ਸੈਟਅਪ ਆ ਇਹ ਉਸੇ ਸਲਾਹ ਨਾਲ ਅਤੇ ਉਸੇ ਦਿਸ਼ਾ ਦੇ ਵਿੱਚ ਚੱਲਦਾ। ਤਾਂ ਬਿਲਕੁਲ, ਇਹ ਬੈੱਡਰੂਮ ਹੈ ਜਿੱਥੋਂ ਕਿ ਪੂਰੀ ਇਹਨਾਂ ਦੀ ਸ਼ੋਪ ਜਿਹੜੀ ਹੈਗੀ ਹੈ ਉਹ ਚੱਲਦੀ ਹੈ, ਅਤੇ ਇੱਥੋਂ ਹੀ ਜਿਹੜੇ ਸੂਟ ਨੇ ਇਸ ਬੈੱਡਰੂਮ ਤੋਂ ਵਿਦੇਸ਼ਾਂ ਤੱਕ ਦਾ ਸਫ਼ਰ ਜਿਹੜਾ ਹੈ ਉਹ ਤੈਅ ਕਰਦੇ ਨੇ। ਸਾਹਮਣੇ ਅਲਮਾਰੀ ਹੈ, ਉਸ ਦੇ ਵਿੱਚ ਕੁਛ ਇੱਕ ਸਮਾਨ ਜਿਹੜਾ ਰੱਖਿਆ ਹੋਇਆ, ਦੂਜੇ ਪਾਸੇ ਜਿਹੜੇ ਸੂਟ ਨੇ ਉਹ ਸਟਿਚ ਕੀਤੇ ਹੋਏ ਰੱਖੇ ਹੋਏ ਨੇ, ਉਹਨਾਂ ਦੇ ਇੰਬੋਡਰੀ ਦਾ ਕੰਮ ਜਿਹੜਾ ਹੈਗਾ, ਕਢਾਈ ਦਾ ਕੰਮ ਜਿਹੜਾ ਹੈਗਾ ਉਹ ਕੀਤਾ ਹੋਇਆ, ਅਤੇ ਨਾਲ ਦੀ ਨਾਲ ਜਿਹੜਾ ਇਸ ਵਕਤ ਗੱਲ ਕੀਤੀ ਜਾਵੇ ਤਾਂ ਇਸ ਤਰੀਕੇ ਦਾ ਇੱਕ ਸੈਟਅਪ ਇੱਕ ਇਹਨਾਂ ਨੇ ਕੀਤਾ ਹੋਇਆ, ਜਿਸ 'ਤੇ ਕਿ ਤਸਵੀਰ 'ਤੇ ਨਜ਼ਰ ਮਾਰਾਂਗੇ ਤਾਂ ਲਿਖਿਆ ਹੋਇਆ ਕਿ ਕਿੰਨੀ ਤਰੀਕ ਨੂੰ ਕਿਹਦਾ ਸੂਟ ਜਿਹੜਾ ਹੈਗਾ ਉਹ ਭੇਜਣਾ ਹੈ, ਕਿਹਦਾ ਸੂਟ ਬਣ ਕੇ ਤਿਆਰ ਕਰਨਾ ਹੈ। ਤਾਂ ਇੱਕ ਪ੍ਰੋਫੈਸ਼ਨਲ ਤਰੀਕੇ ਨਾਲ ਇੱਕ ਕਰਦੇ ਬੈੱਡਰੂਮ 'ਚੋਂ ਇਹ ਕੰਮ ਸ਼ੁਰੂ ਹੁੰਦਾ ਹੋਇਆ ਅੱਜ ਵਿਦੇਸ਼ਾਂ ਵਿੱਚ ਜਾ ਕੇ ਜਿਹੜਾ ਹੈਗਾ
ਇਹਨਾਂ ਦਾ ਨਾਮ ਜਿਹੜਾ ਹੈਗਾ ਉਹ ਬਣ ਚੁੱਕਿਆ ਹੈ। ਹਾਲ ਦੀ ਗੱਲ ਕੀਤੀ ਜਾਵੇ ਤਾਂ ਇਹ ਉਦਾਹਰਣ ਹੈ ਉਹਨਾਂ ਲੋਕਾਂ ਦੇ ਲਈ ਜੋ ਬਹੁਤ ਛੇਤੀ ਹੌਸਲਾ ਛੱਡ ਜਾਂਦੇ ਨੇ ਅਤੇ ਹੌਸਲਾ ਛੱਡ ਕੇ ਜਿਹੜੇ ਗਲਤ ਕਦਮ ਨੇ ਉਹ ਚੁੱਕ ਲੈਂਦੇ ਨੇ। ਤਾਂ ਹੌਸਲਾ ਨਹੀਂ ਛੱਡਣਾ, ਇਹਨਾਂ ਵਾਂਗੂ ਜੇਕਰ ਤੁਹਾਡੇ ਕੋਲ ਰੋਜ਼ਗਾਰ ਨਹੀਂ ਮਿਲਦਾ ਤੁਹਾਡੀ ਪੜ੍ਹਾਈ ਦੇ ਮੁਤਾਬਿਕ, ਤਾਂ ਖੁਦ ਦਾ ਕੰਮ ਜਿਹੜਾ ਹੈਗਾ ਉਸਨੂੰ ਤੁਸੀਂ ਬਖੂਬੀ ਸਟੈਂਡ ਕਰ ਸਕਦੇ ਹੋ। ਬਸ ਤੁਹਾਡੇ ਵਿੱਚ ਹੌਸਲਾ ਹੋਣਾ ਚਾਹੀਦਾ ਹੈ ਉਡਾਨ ਭਰਨ ਦਾ, ਤਾਂ ਮੰਜ਼ਿਲ ਤੁਹਾਡਾ ਇੰਤਜ਼ਾਰ ਕਰਦੇ ਹੋਏ ਤੁਹਾਨੂੰ ਜ਼ਰੂਰ ਮਿਲ ਜਾਵੇਗੀ। ਬਠਿੰਡਾ ਤੋਂ ਕੈਮਰਾ ਪਰਸਨ ਮਨਪ੍ਰੀਤ ਸਿੰਘ ਚੱਜ ਦੇ ਨਾਲ ਸੂਰਜ ਪ੍ਰਕਾਸ਼, ਦੈਨਿਕ ਸਵੇਰਾ ਟੀਵੀ। ਦੇਸ਼ ਦੁਨੀਆ ਕੀ ਹਰ ਖਬਰ ਸਭਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।